ਹਾਂਜੀ ਅਸੀਂ ਡੀਐਮ ਕਾਲਜ ਬੀਐਡ ਦੇ ਸਟੂਡੈਂਟ ਆ ਜੋ ਮੋਗੇ ਵਿੱਚ ਆ ਤੇ ਅਸੀਂ ਆਪਣੇ ਸਾਡੇ ਕਾਲਜ ਦੇ ਵਿੱਚ 7 ਦਿਨ ਦਾ ਐਨਐਸਐਸ ਦਾ ਕੈਂਪ ਲੱਗਿਆ ਵਾ ਤੇ ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਦਿਨ ਅਲੱਗ-ਅਲੱਗ ਥਾਵਾਂ ਦੀਆਂ ਸਫਾਈਆਂ ਕੀਤੀਆਂ ਪਹਿਲੇ 2 ਦਿਨ ਅਸੀਂ ਤਲਵੰਡੀ ਬਘੇਰੀਆਂ ਇੱਕ ਨਾਲ ਹੀ ਪੈਂਡਾ ਉੱਥੇ ਗਏ ਸੀ ਉਸ ਤੋਂ ਬਾਅਦ ਕੱਲ ਅਸੀਂ ਗੀਤਾ ਭਵਨ 'ਚ ਸੀ ਉੱਥੋਂ ਦੀ ਸਫਾਈ ਕੀਤੀ ਤੇ ਅੱਜ ਅਸੀਂ ਮੋਗੇ ਦੇ ਰੇਲਵੇ ਸਟੇਸ਼ਨ ਆ ਜਿੱਥੇ ਅਸੀਂ ਸਫਾਈ ਕਰ ਰਹੇ ਹਾਂ ਸਾਡੇ ਨਾਲ 105 ਸਟੂਡੈਂਟਸ ਆ ਸੀ ਜਿਹੜੇ ਐਨਐਸਐਸ ਦੇ ਕੈਂਪ ਦੇ ਵਿੱਚ ਪਾਰਟਿਸਪੇਟ ਕਰ ਰਹੇ ਹਾਂ ਇਸ ਦਾ ਮੇਨ ਮਕਸਦ ਜਾਗਰੂਕ ਕਰਨਾ ਇਸ ਬਦਲੇ ਵੀ ਉਸ ਸਫਾਈ ਰੱਖਣ ਹਰ ਥਾਂ ਤੇ ਹਾਂਜੀ ਤੇ ਬਾਕੀ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਬੁਰਾਈਆਂ ਜਿਸ ਤਰ੍ਹਾਂ ਅਸੀਂ ਅੱਜ ਕਾਲਜ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਨਾਰੇ ਲਾਉਂਦੇ ਆਏ ਆ ਰੈਲੀ ਕੱਢਦੇ ਆਏ ਆ ਜਿਹੜੀਆਂ ਬੁਰਾਈਆਂ ਏ ਉਹਨਾਂ ਨੂੰ ਵੀ ਠੱਲ ਪਾਉਣੀ ਹੈ ਹਾਂਜੀ ਜਿਵੇਂ ਭਰੂਣ ਹੱਤਿਆ ਹੋ ਗਿਆ ਦਹੇਜ ਪ੍ਰਥਾ ਹੋ ਗਿਆ ਬਾਕੀ ਜਿਹੜੀਆਂ ਅਨਪੜ੍ਹਤਾ ਹੋ ਗਿਆ ਬੇਰੁਜ਼ਗਾਰੀ ਇਹੋ ਜਿਹੀਆਂ ਸਾਰੀਆਂ ਬੁਰਾਈਆਂ ਦੇ ਖਿਲਾਫ ਜਿਹੜੇ ਅਸੀਂ ਨਾਰੇ ਲਾਉਂਦੇ ਆਏ ਆ